ਜਦੋਂ ਮੈਂ IPS ਦਾ ਅਫਸਰ ਬਣਿਆ ਨਾ, ਹਾਂਜੀ, ਮੈਨੂੰ ਥਾਣੇ ਦਾ ਚਾਰਜ ਦਿੱਤਾ ਸੀਗਾ ਅਤੇ ਇੱਕ ਕਮਰੇ 'ਚ ਰਹਿੰਦਾ ਸੀ, ਉੱਥੇ ਲੈਟਰੀਨ ਹੈ ਨਹੀਂ ਸੀ। ਮੈਂ ਅਗਲੇ ਖੇਤ ਦੇ ਵਿੱਚ ਤਾਂ 15 ਦਿਨ ਜਾਂਦਾ ਗਿਆ, ਪਰ 16ਵੇਂ ਦਿਨ ਜਿਹੜੀ ਬੀਬੀ ਦਾ ਖੇਤ ਸੀਗਾ ਨਾ, ਉਹਨੇ ਮੈਨੂੰ ਐਸੋ ਜਿਹੀਆਂ ਗੰਦੀਆਂ ਗਾਲਾਂ ਕੱਢੀਆਂ। ਲੈਟਰੀਨਾਂ ਬਣੀਆਂ ਹੋਈਆਂ ਨੇ, ਖੋਲਦਾ ਨਹੀਂ ਹੈਗਾ ਜੀ ਕੋਈ। ਉਹਨਾਂ ਨੂੰ ਕੀ ਤਕਲੀਫ ਹੈ? ਮੈਨੂੰ ਕੀ ਭਾਅ ਲੱਗ ਰਿਹਾ ਮਹਾਰਾਜ? ਸਤਿ ਸ਼੍ਰੀ ਅਕਾਲ। ਕੀ ਭਾਅ ਲੱਗ ਰਿਹਾ ਇੱਥੇ ਕਣਕ ਦਾ? 2125 ਜੀ। 2125? ਹਾਂਜੀ। ਅੱਛਾ, ਅਤੇ ਜਿਹੜੇ ਮਜ਼ਦੂਰ ਹੈ ਉਹਨਾਂ ਨੂੰ ਕੀ ਤਕਲੀਫ ਹੈ? ਜਿਹੜੇ ਮਜ਼ਦੂਰ ਹੈ ਉਹਨਾਂ ਨੂੰ ਕੀ ਤਕਲੀਫ ਹੈ? ਇਹ ਕਿਵੇਂ ਹੋ ਸਕਦਾ ਮਜ਼ਦੂਰ ਨੂੰ ਤਕਲੀਫ ਹੀ ਨਾ ਹੋਵੇ? ਯਾਰ, ਮਹਾਰਾਜਿਆਂ ਨੂੰ ਤਕਲੀਫ ਹੋ ਜਾਂਦੀ ਹੈ ਤੇ ਤੁਹਾਨੂੰ ਤਕਲੀਫ ਹੀ ਨਹੀਂ ਹੈ? ਆਪਣੇ ਸੰਗਰੂਰ ਤੋਂ MP ਸਾਹਿਬ ਨੇ ਕੋਈ ਆਪਦੀ ਦੁੱਖ ਤਕਲੀਫ ਦੱਸਿਆ ਜਿਹੜਾ ਦੱਸੋ ਤੁਹਾਨੂੰ ਕੋਈ? ਠੀਕ ਹੈ, ਮੈਂ ਜਦੋਂ ਮੈਂ ਤੈਨੂੰ ਦੱਸਾਂ, ਜਦੋਂ ਮੈਂ IPS ਦਾ ਅਫਸਰ ਬਣਿਆ ਨਾ, ਮੈਨੂੰ ਥਾਣੇ ਦਾ ਚਾਰਜ ਦਿੱਤਾ ਸੀਗਾ ਅਤੇ ਇੱਕ ਕਮਰੇ 'ਚ ਰਹਿੰਦਾ ਸੀ, ਉੱਥੇ ਲੈਟਰੀਨ ਹੈ ਨਹੀਂ ਸੀ। ਮੈਂ ਅਗਲੇ ਖੇਤ ਦੇ ਵਿੱਚ ਤਾਂ 15 ਦਿਨ ਜਾਂਦਾ ਗਿਆ, ਪਰ 16ਵੇਂ ਦਿਨ ਜਿਹੜੀ ਬੀਬੀ ਦਾ ਖੇਤ ਸੀਗਾ ਨਾ, ਉਹਨੇ ਮੈਨੂੰ ਐਸੋ ਜਿਹੀਆਂ ਗੰਦੀਆਂ ਗਾਲਾਂ ਕੱਢੀਆਂ। ਮੈਂ ਆਪਣਾ ਪਿੱਛਾ ਧੋਤਾ ਅਤੇ ਭੱਜਿਆ। ਇਹ ਕੰਮ ਹੁੰਦਾ ਹੁੰਦਾ ਅਤੇ ਤੁਸੀਂ ਲਿਖ ਕੇ ਦੇ ਦਿਓ, ਆਪਾਂ ਲੈਟਰੀਨ ਲਵਾ ਦਿੰਦੇ ਹਾਂ। ਹਾਂ, ਕਿਹਨੂੰ ਲਿਖ ਕੇ ਦਿਓਗੇ? ਫਿਰ ਦਿਓ, ਫਿਰ ਕੌਣ ਲਊਗਾ ਇੱਥੋਂ? ਇਹ ਡਸਕਾ ਸਾਹਿਬ ਨੂੰ ਦੇ ਦਿਓ ਤੇ ਮੈਂ DC ਨੂੰ ਹੁਣੇ ਕਹਿ ਦਿੰਦਾ ਇੱਥੇ ਲੈਟਰੀਨ ਭੇਜੇ। ਅੱਛਾ, ਹਾਂ ਚੰਗਾ। ਪਾਣੀ ਦਾ ਪ੍ਰਬੰਧ ਹੈਗਾ? ਫਿਰ ਲਿਖ ਕੇ ਦੇ ਦਿਓ ਨਾ। ਫਿਰ ਇਹੀ ਤਾਂ ਹੈ, ਤਾਂ ਹੀ ਮੈਂ ਪੁੱਛਿਆ ਇਹਨਾਂ ਨੂੰ ਕੀ। ਕੋਈ ਨੀ, ਕੋਈ ਨੀ।
ਇੱਥੇ ਕਿਸਾਨਾਂ ਦੇ ਬੈਠਣ ਨੂੰ ਕੋਈ ਛਾਂ ਨੀ, ਕੋਈ ਸ਼ੈੱਡ ਨੀ, ਲਾਈਟਾਂ ਵੀ ਪੁਰਾਣੀਆਂ ਹੋ ਚੁੱਕੀਆਂ, ਪੂਰੀ ਸਾਰੇ ਚਾਰ ਚਪਰੇ ਰੋਸ਼ਨੀ ਪੂਰੀ ਜਾ ਨੀ ਰਹੀ। ਸਰਪੰਚ ਸਾਹਿਬ ਇਹ ਸਾਰੀਆਂ ਚੀਜ਼ਾਂ ਅੱਜ ਜੇ ਮੈਨੂੰ ਲਿਖ ਕੇ ਭੇਜ ਦੋ ਤੇ ਮੈਂ ਕੱਲ ਡੀਸੀ ਤੋਂ ਪੂਰਾ ਕਰਾਉਂਗਾ ਕੋਸ਼ਿਸ਼। ਹੁਣ ਜਿਹੜੇ ਮੌਕੇ ਤੇ ਸਰਪੰਚ ਸਾਹਿਬ ਨੇ ਉਹਨਾਂ ਨੂੰ ਕਹਿ ਦਿੰਦੇ ਨਹੀਂ, ਤੁਸੀਂ ਸਰਪੰਚ ਹੋ, ਹੁਣ ਤੁਸੀਂ ਮੌਕੇ ਦੇ ਹੋ ਅੱਜ। ਨਹੀਂ ਅਸੀਂ ਮੌਜੂਦਾ ਜੀ। ਉਹ ਚਲੋ ਇਹ ਹੁਣ ਅੱਜ ਤਾਂ ਮੌਕੇ ਦੇ ਹੋ ਮੇਰੇ ਕੋਲ। ਤੁਹਾਡੇ ਪਿੱਛੇ ਜ਼ੋਰ ਵੀ ਬਹੁਤ ਲਾਇਆ ਜੀ ਅਸੀਂ। ਅਸੀਂ ਦੇਖੋ ਅਸੀਂ ਝੂਠ ਨਹੀਂ ਮਾਰਦੇ, ਨਹੀਂ ਸੰਗਤ ਖੜੀ ਹੈ, ਅਸੀਂ ਜੁੜੇ ਸੀ ਹੁਣ ਤੱਕ ਬਾਦਲ ਕੇ ਨਾਲ। ਕੋਈ ਨਹੀਂ, ਫਿਰ ਐਤਕੀ ਪਹਿਲੀ ਵਾਰ ਤੈਨੂੰ ਠੋਕ ਕੇ ਵੋਟਾਂ ਪਾਈਆਂ। ਤੁਹਾਨੂੰ ਪਾਈਆਂ ਹੀ ਵੋਟ ਕੇ ਜਮਾ। ਫਿਰ ਤਾਂ ਹੀ ਤਾਂ ਮੈਂ ਆਇਆ। ਪਤਾ ਲੈਣ ਆਇਆ ਤੁਹਾਡਾ। ਲਿਖ ਕੇ ਤਾਂ ਦੇ ਦੋ ਮੈਨੂੰ ਹੁਣ। ਸਾਡੀ ਇਹ ਨਾ ਲਿਸਟ ਗਈ ਹੈ ਡੀਸੀ ਕੋਲ ਸੰਗਰੂਰ। ਅਸੀਂ ਇੱਥੇ 100 ਫੁੱਟ ਲੰਬਾ, 50 ਫੁੱਟ ਚੌੜਾ ਸਾਰਾ ਲੀਕ ਕੇ ਨਾ ਜਿਹੜਾ ਆਪਣਾ ਹੁੰਦਾ ਮਾਰਕੀਟ ਵਾਲੇ ਉਹਨਾਂ ਨੂੰ ਦਿੱਤਾ ਸੀ। ਉਹਨਾਂ ਨੇ ਕਿਹਾ ਚੰਡੀਗੜ੍ਹ ਇੱਥੇ ਭਜਾਣਾ। ਲਿਆਓ ਮੈਨੂੰ ਸਾਰਾ ਕੁਝ ਦੇ ਦਿਓ, ਲੈਟਰੀਨ ਦੀ ਗੱਲ ਕਰ ਦਿਓ, ਪਾਣੀ ਦੀ। ਪ੍ਰਧਾਨ ਮੁਲਾਜ਼ਮ ਨੇ ਗੱਲ ਕਰਨ ਦੀ। ਆਪਣੇ ਖੇਤਾਂ ਚ ਨਹੀਂ ਜਾਣ ਦਿੰਦੇ, ਇੱਕ ਪਾਣੀ ਦਾ ਪ੍ਰਬੰਧ ਹੈ ਨੀ ਗਾ, ਤੇ ਇੱਕ ਜਿਹੜਾ ਸ਼ੈੱਡ ਹੈ ਉਹ ਨੀਵਾਂ ਹੋ ਗਿਆ, ਉਹਦੇ ਚ ਵੱਜਦੇ ਆ ਸਿਰ। ਇਹ ਹਾਂ ਹਾਂ ਮੈਂ ਡਸਕੇ ਤੋਂ ਬੋਲ ਰਿਹਾ ਹੁਣ। ਫਿਰ ਇਹਨਾਂ ਨੂੰ ਸਮਝਾ ਦਿਓ ਕੀ ਹੋਊਗਾ। ਆਹ ਸਰਪੰਚ ਸਾਹਿਬ ਮੇਰੇ ਕੋਲ ਬੈਠੇ ਆ ਸਾਬਕਾ, ਇਹ ਸਾਰੀ ਚੀਜ਼ ਨੂੰ ਜਾਣਦੇ ਆ, ਅਤੇ ਮੈਨੂੰ ਜਿਹੜੀ ਵੀ ਤਕਲੀਫ ਤੁਸੀਂ ਦੂਰ ਨਹੀਂ ਕਰ ਸਕਦੇ ਉਹ ਮੈਨੂੰ ਲਿਖ ਕੇ ਭੇਜ ਦਿਓ। ਹਾਂ ਆਹ ਲਓ, ਸਾਬਕਾ ਸਰਪੰਚ ਸਾਹਿਬ ਨਾਲ ਗੱਲ ਕਰ ਲਓ। ਜਗ੍ਹਾ ਪਈ ਹੈ ਜੇ ਲਿਖ ਕੇ ਦਊਂਗੇ ਮੈਂ ਕਰਾ ਦੂੰਗਾ। ਆਹ ਲੈਟਰੀਨਾਂ ਬਾਰੇ ਵੀ ਲਿਖੋ, ਆਹ ਬਿਜਲੀ ਬਾਰੇ ਵੀ ਲਿਖੋ, ਜਿਹੜੀਆਂ ਇਹਨਾਂ ਦੀਆਂ ਤਕਲੀਫਾਂ ਉਹ ਸਾਰੀਆਂ ਲਿਖ ਕੇ ਦਿਓ, ਮੈਂ ਕਰਾਵਾਂ। ਬੰਦ ਹੋ ਜਾਂਦੀਆਂ ਨੇ ਘੱਟੋ ਘੱਟ, ਉੱਥੇ ਸਫਾਈ ਕਰਮਚਾਰੀ ਇੱਕ ਰੱਖਿਆ ਜਾਵੇ ਤਾਂ ਉਹ ਚੱਲਣਗੇ। ਹਾਂ ਸਰਦਾਰ ਰਣਜੀਤ ਸਿੰਘ, ਜਿਹੜੀ ਤਾਂ ਉੱਥੋਂ ਗੱਲ ਨਹੀਂ ਹੁੰਦੀ ਉਹ ਮੇਰੇ ਕੋਲ ਪਚਾਉਣ ਲਿਖਤੀ ਤੌਰ ਤੇ ਕੱਲ, ਠੀਕ ਹੈ। ਹਾਂ ਇਹਨਾਂ ਦੀ ਲੈਟਰਿਨ ਲੂਟਰਿਨ ਦਾ ਤਾਂ ਉਹ ਮੋਬਾਈਲ ਮੰਗਾ ਲਓ, ਲੈਟਰਿੰਗਾਂ ਬਣੀਆਂ ਹੋਈਆਂ ਇਹਨਾਂ ਨੂੰ ਖੋਲਦਾ ਨਹੀਂ ਹੈਗਾ ਜੀ ਕੋਈ। ਚਲੋ ਇਹ ਕਰਾਓ ਸਾਰਾ ਪ੍ਰਬੰਧ ਇਹਨਾਂ ਦਾ। ਥੈਂਕ ਯੂ, ਮਿਹਰਬਾਨੀ। ਲਓ
ਚੰਗਾ ਜੀ, ਸਵਾ ਕਿੱਲਾ ਪੁੱਛਿਆ ਜੀ, ਜੇ ਪੱਕਾ ਹੋ ਜਾਏ ਸਾਨੂੰ ਬਹੁਤ ਫਿਰ ਲਿਖ ਕੇ ਦਿਓਗੇ ਫਾਇਰੀ ਮੈਂ ਕਰੂੰਗਾ, ਓਹਦੇ ਨੰਬਰ ਦਿਓ ਕਿਹੜੀ ਕਿਹੜੀ ਜ਼ਮੀਨ ਚ ਮੰਡੀ ਕਰੀਏ।